ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ, ਜਿੱਦਾਂ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਸਪੈਸ਼ਲ ਕੋਟਨ ਦੀ ਆਈਟਮ ਲੈ ਕੇ ਆਇਆ। ਬਹੁਤ ਹੀ ਫਾਈਨ ਫੈਬਰਿਕ ਨੇ, ਆਰ ਸਟੂਡੀਓ ਦੇ ਪੀਸ ਨੇ, ਆਲਮੋਸਟ ਤਕਰੀਬਨ ਲਾਈਨਿੰਗ ਤੋਂ ਬਿਨਾਂ ਫੈਬਰਿਕ ਨੇ ਸਾਰੇ ਹੀ ਇਹ। ਬਾਕੀ ਤੁਹਾਨੂੰ ਮੈਂ ਨਾਲ ਨਾਲ ਮੈਨਸ਼ਨ ਕਰੀ ਜਾਵਾਂਗਾ, ਪ੍ਰਿੰਟਿੰਗ ਵੀ ਹੈ ਅਤੇ ਨਾਲ ਨਾਲ ਮਾੜੀ ਮੋਟੀ ਇੰਬਰਾਇਡਰੀ ਵੀ ਆ, ਠੀਕ ਆ। ਸਾਡੇ ਕੋਲ ਬਹੁਤ ਜ਼ਿਆਦਾ ਮਤਲਬ ਇੰਬਰਾਇਡਰੀ ਚਮਕ ਸਿੱਪੀ ਸੁੱਪੀ ਘੱਟ ਚੱਲਦੀ ਹੈ, ਰੇਸ਼ਮ ਦੇ ਕੰਮ ਅਤੇ ਪ੍ਰਿੰਟਿੰਗ ਸਾਡੇ ਕੋਲ ਕੋਟਨ ਦੇ ਵਿੱਚ ਜ਼ਿਆਦਾ ਚੱਲਦੀ ਹੈ। ਅੱਜ ਬਿਲਕੁਲ ਨਵੇਂ ਪੀਸ ਆਏ ਸੀਗੇ, ਕਿਸੇ 'ਚ ਇੱਕ ਕਲਰ ਹੈ, ਕਿਸੇ 'ਚ ਦੋ ਕਲਰ ਹੈ ਅਤੇ ਕਿਸੇ 'ਚ ਤਿੰਨ ਤਿੰਨ ਕਲਰ ਵੀ ਤੁਹਾਨੂੰ ਸ਼ੋਅ ਕਰਾਂਗੇ, ਅਤੇ ਪੀਸ ਸਾਰੇ ਹੀ ਸੁਪਰ ਡੁਪਰ ਹੋਣਗੇ। ਕੋਟਨ ਫਾਈਨ ਹੈ ਸਾਰੀ, ਦੁਪੱਟੇ ਕਿਸੇ ਨਾਲ ਸ਼ਿਫੋਨ ਦੇ ਨੇ, ਕਿਸੇ ਨਾਲ ਚਨੋਨ ਸ਼ਿਫੋਨ ਦੇ ਨੇ, ਕਿਸੇ ਨਾਲ ਕੋਟਨ ਦੁਪੱਟਾ ਵੀ ਹੋਏਗਾ। ਤੁਹਾਨੂੰ ਮੈਂ ਨਾਲ ਨਾਲ ਮੈਨਸ਼ਨ ਕਰੀ ਚੱਲਾਂਗਾ ਸਾਰਾ ਜੋ ਵੀ ਹੈਗਾ, ਅਤੇ ਨਾਲ ਕੁਛ ਪਾਕਿਸਤਾਨੀ ਆਈਟਮਸ ਆਈਆਂ ਨੇ, ਅਤੇ ਇਹਨਾਂ ਵਾਸਤੇ ਤੁਸੀਂ ਨੰਬਰ ਇੱਕ ਵਾਰੀ ਨੋਟ ਕਰੋ ਪਲੀਜ਼। ਜਿਹੜੇ ਅਸੀਂ ਤਿੰਨ ਨੰਬਰ ਸ਼ੋਅ ਕਰਦੇ ਹਾਂ ਹਮੇਸ਼ਾ, ਇਹ ਤਿੰਨ ਨੰਬਰ ਨੇ ਸਾਡੇ ਸਟੋਰ ਦੇ, ਤਿੰਨਾਂ ਨੰਬਰਾਂ 'ਤੇ ਵਟਸਐਪ ਚੱਲਦਾ। ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ ਇਹਨਾਂ ਨੰਬਰਾਂ 'ਤੇ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਵਰਲਡ ਵਾਈਡ ਸ਼ਿਪਮੈਂਟ ਆਪਣੀ, ਤੁਸੀਂ ਕਿਸੇ ਵੀ ਬੈਠ ਕੇ ਪਾਰਸਲ ਮੰਗਾ ਸਕਦੇ ਹੋ, ਚਾਹੇ ਤੁਸੀਂ ਇੰਡੀਆ ਬੈਠੇ ਹੋ, ਚਾਹੇ ਤੁਸੀਂ ਆਊਟ ਆਫ ਇੰਡੀਆ ਬੈਠੇ ਹੋ। ਪੇਮੈਂਟ ਤੁਸੀਂ ਇੰਡੀਆ ਤੋਂ ਵੀ ਕਰ ਸਕਦੇ ਹੋ, ਇੰਡੀਆ ਤੋਂ ਬਾਹਰੋਂ ਵੀ ਕਰ ਸਕਦੇ ਹੋ। ਬਾਕੀ ਤੁਸੀਂ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਪੂਰੀ ਤੁਹਾਨੂੰ ਜਾਣਕਾਰੀ ਮਿਲ ਜਾਏ, ਕਿ ਕੋਸ਼ਿਸ਼ ਕਰਨੀ ਕਿ ਆਪਾਂ ਇਹਨਾਂ ਨੰਬਰਾਂ 'ਤੇ ਹੀ ਕਾਲ ਕਰਨੀ ਹੈ, ਠੀਕ ਹੈ ਜੀ। ਲਓ ਜੀ, ਵੀਡੀਓ ਸ਼ੁਰੂ ਕਰ ਰਹੇ ਹਾਂ ਆਪਾਂ। ਲਓ ਜੀ, ਇਸੇ ਡਿਜ਼ਾਈਨ ਦੇ ਵਿੱਚ ਮੇਰੇ ਕੋਲ ਤਿੰਨ ਕਲਰ ਆਏ ਨੇ, ਤੁਹਾਨੂੰ ਉਸੇ ਸ਼ੁਰੂ ਕਰਦੇ ਹਾਂ ਉੱਥੋਂ ਪਹਿਲਾਂ। ਦੇਖੋ ਜੀ, ਪੀਚ ਕਲਰ ਆਇਆ ਜੀ ਉਹਦੇ 'ਚ, ਇਹ ਸਾਰੀ ਇੰਬਰਾਇਡਰੀ ਹੈ ਇਸ ਤਰ੍ਹਾਂ, ਸਕੈਲਪਿੰਗ ਲੈਕ ਦੇ ਵਿੱਚ ਇਸ ਤਰ੍ਹਾਂ, ਇਹ ਸਾਰਾ ਹੋਲਸ ਦਾ ਕੰਮ ਕੀਤਾ। ਦੇਖੋ ਇਹਦੇ 'ਚ ਇਹ ਫਲਾਵਰ ਬਣੇ ਰੇਸ਼ਮ ਦੇ, ਸਾਰੇ ਹਲਕੇ ਹਲਕੇ ਹੋਲਸ ਵਾਲੀ ਬਣੇ ਇਹਦੇ 'ਚ, ਮਤਲਬ ਆਰਟੀ ਮਤਲਬ ਤੁਹਾਨੂੰ ਜਿਹੜੀ ਚੀਜ਼ ਦਿਖਾਵਾਂਗੇ ਸੁਪਰ ਡੁਪਰ ਹੋਏਗੀ ਜੀ। ਬੋਟਮ ਆਏਗੀ ਨਾਲ ਇਹਦੇ, ਮਿਕਸ ਐਂਡ ਮੈਚ, ਇਹ ਆਰ ਸਟੂਡੀਓ ਦਾ ਪੀਸ ਹੈ। ਇਹ ਬੋਟਮ ਆਏਗੀ ਪ੍ਰਿੰਟਿੰਗ, ਇਹ ਉੱਪਰ ਪੂਰੇ ਬੂਟੇ ਆ ਗਏ, ਨੀਚੇ ਪਹਿਲਾਂ ਤਿੰਨ ਬੂਟੇ ਆ ਗਏ, ਫਿਰ ਦੋ ਬੂਟੇ ਆ ਗਏ। ਬੇਟੇ ਨੈੱਕ ਨੀਚੇ ਕਰਕੇ ਰੱਖ ਮਾੜਾ ਯਾਰ। ਹਾਂ ਦੇਖੋ, ਨੈੱਕ ਬਿਲਕੁਲ ਬਰੀਕ ਨੈੱਕ, ਤੁਸੀਂ ਇਹਨੂੰ ਬੈਨ ਵੀ ਦੇ ਸਕਦੇ ਹੋ ਉੱਪਰ, ਇਹਨੂੰ ਕਟਿੰਗ ਕਰਕੇ ਰਾਊਂਡ ਵੀ ਦੇ ਸਕਦੇ ਹੋ, ਉਹ ਲਾਈਕਿੰਗ ਤੁਹਾਡੀ ਹੈ। ਮਤਲਬ ਲਾਈਨਿੰਗ ਦੀ ਲੋੜ ਨਹੀਂ ਹੈਗੀ ਕੱਪੜੇ ਥੱਲੇ, ਤੁਸੀਂ ਬਿਨਾਂ ਲਾਈਨਿੰਗ ਤੋਂ ਸਟਿਚ ਕਰਾਓ, ਕੋਈ ਦਿੱਕਤ ਨਹੀਂ ਹੈ। ਸ਼ਿਫੋਨ ਦੀ ਚੁੰਨੀ ਹੈ ਚਾਰੇ ਪਾਸੇ, ਕੋਟਨ ਦੀ ਨਾਲ ਨਾਲ ਹਲਕੀ ਹਲਕੀ ਲੇਸ ਹੈ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਮੇਰੇ ਕੋਲ ਤਿੰਨ ਕਲਰ ਆਏ ਨੇ, ਇਹ 'ਚ ਦੂਜਾ ਕਲਰ ਆਏਗਾ ਇਹ 'ਚ ਗ੍ਰੀਨ, ਬੋਟਮ ਇਹਦੇ ਨਾਲ ਵੀ ਸੇਮ ਉਸ ਤਰ੍ਹਾਂ ਆਏਗੀ, ਆਫ ਵਾਈਟ ਉੱਤੇ ਕੰਟਰਾਸਟ ਬੋਟਮ ਆ। ਲਓ ਜੀ, ਦੋ ਕਲਰ ਆ ਗਏ, ਤੀਸਰਾ ਡੰਮੀ 'ਤੇ ਪਾਇਆ। ਆਈਟਮ ਨੰਬਰ 1 ਪ੍ਰਾਈਜ਼ ਪਏਗਾ ਸਿਰਫ 2690 ਵਿਦਆਊਟ ਲਾਈਨਿੰਗ ਬਣੇਗਾ। ਲਓ ਜੀ, ਥਰਡ ਕਲਰ ਹੈ ਡੰਮੀ 'ਤੇ ਪਾਇਆ, ਬੇਟੇ ਨੰਬਰ ਰੱਖੋ ਤੁਸੀਂ। ਆਈਟਮ ਨੰਬਰ ਅੱਜ ਦੀ ਵੀਡੀਓ ਦੀ 1 ਆ, ਪ੍ਰਾਈਜ਼ ਪਏਗਾ ਸਿਰਫ 2690 ਰੁਪਈਏ ਜੀ। ਲਾਈਟ ਚਲੇਗੀ, ਕੋਈ ਗੱਲ ਨਹੀਂ, ਵੀਡੀਓ ਤੁਹਾਡੀ ਜਾਰੀ ਰਹੇਗੀ ਜੀ, ਬਟ ਚਲੀ ਗਿਆ। ਲਓ ਜੀ, ਇਹ ਵੀ ਇਸ ਤਰ੍ਹਾਂ ਆਰ ਸਟੂਡੀਓ ਦਾ ਪੀਸ ਹੈਗਾ, ਕੋਟਨ ਦੇ ਵਿੱਚ ਹੈ, ਇਹ ਵੀ ਵਿਦਆਊਟ ਲਾਈਨਿੰਗ ਬਣੇਗਾ। ਲਗਜ਼ਰੀ ਕੋਟਨ ਹੈ ਜੀ ਇਹ, ਬਹੁਤ ਹੀ ਫਾਈਨ ਫੈਬਰਿਕ, ਇੱਕਦਮ ਠੰਡਾ ਠੰਡਾ ਕੂਲ ਕੂਲ, ਮਤਲਬ ਬਿਨਾਂ ਲਾਈਨਿੰਗ ਤੋਂ ਬਣੇਗਾ। ਇਹ ਪ੍ਰਿੰਟਿੰਗ ਹੈ ਸਾਰੀ, ਦੇਖੋ ਇਸ ਤਰ੍ਹਾਂ ਜੀ, ਤੁਹਾਨੂੰ ਦੂਰੋਂ ਇੱਦਾਂ ਲੱਗੂ ਜਿਵੇਂ ਇੰਬਰਾਇਡਰੀ ਕੀਤੀ, ਲੇਕਿਨ ਸਾਰਾ ਪ੍ਰਿੰਟ ਆਹ ਨੀਚੇ ਇੰਬਰਾਇਡਰੀ ਆ। ਇਹ ਥੋੜ੍ਹਾ ਜਿਹਾ ਆਪਾਂ ਜਿਵੇਂ ਸੋਬਰ ਵੀ ਇਹਨੂੰ ਕਹਿ ਸਕਦੇ, ਜਿਵੇਂ ਕੋਈ ਵੀ ਏਜ ਗਰੁੱਪ ਹੋ ਗਿਆ, ਮਤਲਬ 40-45-50-55 ਵਾਲਾ ਗਰੁੱਪ ਵੀ ਇਹਨੂੰ ਕੋਈ ਵੀ ਮਤਲਬ ਪਾ ਲਏਗਾ। ਨਾਲੇ ਦੀ ਸੇਮ ਕਲਰ ਦੀ ਬੋਟਮ ਆਏਗੀ, ਕੋਟਨ ਦੀ ਪਲੇਨ,
ਇਹ ਮਤਲਬ ਪ੍ਰਿੰਟਿੰਗ ਆ ਨੀਚੇ, ਆ ਉੱਪਰ ਹਲਕੀ ਹਲਕੀ ਐਮਬਰਾਇਡਰੀ ਆਰੀ ਦਾ ਕੰਮ, ਹਲਕਾ ਜਿਹਾ ਪਿੰਕ ਹੈ, ਲੈਮਨ ਹੈ, ਇਨੀਸ਼ੀਏਸ਼ਨ ਦੇ ਫਲਾਵਰ ਬਣੇ ਨੇ, ਆ ਉੱਪਰ ਸਾਰੀ ਪ੍ਰਿੰਟਿੰਗ ਹੈ, ਸੇਮ ਬੈਕ ਫੁੱਲ ਬਾਜੂ ਦੀ ਆਪਸ਼ਨ, ਦੁਪੱਟੇ 'ਤੇ ਵੀ ਪ੍ਰਿੰਟਿੰਗ ਆਈ ਕਿ ਸਾਰੀ ਦੇਖੋ ਇੱਦਾਂ ਨਾ ਜਿਵੇਂ ਕਾਂਥਾ ਐਮਬਰਾਇਡਰੀ ਕੀਤੀ ਹੁੰਦੀ ਹੈ, ਉਸ ਤਰ੍ਹਾਂ ਲੁੱਕ ਹੈ ਰਹੀ, ਲੇਕਿਨ ਹੈ ਸਾਰੀ ਪ੍ਰਿੰਟ ਹੀ ਹੈ। ਕੋਟਨ ਦਾ ਸੂਟ ਹੈ ਜੀ, ਲਾਈਨਿੰਗ ਤੋਂ ਬਿਨਾਂ ਬਣੇਗਾ, ਦੋ ਕਲਰ ਨੇ, ਗ੍ਰੀਨ ਹੈ, ਇੱਕ ਲਾਈਟ ਜਾਂ ਗੋਲਡਨ ਕਲਰ ਹੈ, ਦੋਨੇ ਪੀਸ ਸੁਪਰ ਡੁਪਰ ਨੇ ਜੀ, ਅਤੇ ਤਿੰਨ ਕਲਰ ਨੇ, ਵੈਰੀ ਗੁੱਡ। ਦੂਜਾ ਲਾਈਟ ਬਲੂ ਕਲਰ ਹੈ, ਜਿਹੜਾ ਤਿੰਨ ਕਲਰ ਆਏ ਨੇ, ਦੇਖੋ ਤਿੰਨੇ ਤੁਹਾਨੂੰ ਪੂਰੇ ਸੈੱਟ ਦਿਖਾ ਰਿਹਾ, ਪੈਕਿੰਗ ਤੁਹਾਡੇ ਮੂਹਰੇ ਓਪਨਿੰਗ ਕਰ ਰਿਹਾ ਮਾਲ ਦੀ ਜੀ, ਵਿਦਾਊਟ ਲਾਈਨਿੰਗ ਬਣਨਗੇ ਸਾਰੇ ਜੀ ਇਹ। ਦੋ ਨੰਬਰ ਆਈਟਮ ਸਿਰਫ 2530 ਰੁਪਈਏ ਜੀ, ਅਸੀਂ ਕੋਟਨ ਦੇ ਵਿੱਚ ਵੀ ਐਕਸਕਲੂਸਿਵ ਹੀ ਵੇਚਦੇ ਹਾਂ ਜੀ। ਦੇਖੋ ਹਰ ਦੁਕਾਨਦਾਰ ਦਾ ਆਪਣਾ ਆਪਣਾ ਸਿਸਟਮ ਹੈ ਕੰਮ ਕਰਨ ਦਾ, ਲੋਕ ਸੂਟ 1000 ਰੁਪਏ ਤਿੰਨ ਤਿੰਨ ਵਿੱਚ ਜਾਂਦੇ ਨੇ, ਇੱਕ ਨਸੀਂ ਵੇਚਦੇ ਹਾਂ ਬ੍ਰਾਂਡ, ਇਹ ਆਰ ਸਟੂਡੀਓ ਦੇ ਪੀਸ ਨੇ, ਕੱਪੜਾ ਤੁਹਾਡਾ ਅੱਛਾ ਆਏਗਾ, ਵਾਕਈ ਤੁਸੀਂ ਕਹੋਗੇ ਕਿ ਵਾਹ ਵਾਲੀ ਫੀਲਿੰਗ ਆਉਣੀ ਹੈ। ਠੀਕ ਹੈ, ਦੇਖੋ ਪ੍ਰਿੰਟਿੰਗ ਕੋਟਨ ਦੇ ਵਿੱਚ, ਇਹਨੂੰ ਬੋਲਦੇ ਨੇ ਕੇਕੇ ਪ੍ਰਿੰਟ, ਇਹ ਸਾਰੀ ਹਲਕੀ ਮਤਲਬ ਪ੍ਰਿੰਟਿੰਗ ਆ, ਕੋਈ ਐਮਬਰਾਇਡਰੀ ਦਾ ਲੁੱਕ ਇੱਦਾਂ ਹੋਊਗੀ ਜਿਵੇਂ ਰੇਸ਼ਮ ਦਾ ਕੰਮ ਵੀ ਉੱਤੇ ਕੀਤਾ ਹੁੰਦਾ ਇਹਦੇ, ਇਹ ਸਾਰਾ ਪ੍ਰਿੰਟਿੰਗ ਦੇ ਵਿੱਚ ਹੈ, ਲੇਸਿਸ ਦੇ ਕੇ ਪੈਨਲ ਬਣਿਆ, ਲੇਸਿਸ ਦੇ ਕੇ ਨੀਚੇ ਘੇਰੇ ਦੇ ਨਾਲ ਨਾਲ ਬੋਰਡਰ ਦਿੱਤਾ, ਆਹ ਸਿਰਫ ਉੱਪਰ ਕੁੜਤਾ ਪੱਟੀ ਵਾਸਤੇ ਐਮਬਰਾਇਡਰੀ ਦਿੱਤੀ ਹੈ, ਬਸ ਸਿਰਫ ਆਹੀ ਐਮਬਰਾਇਡਰੀ ਹੈ, ਸੇਮ ਕਲਰ ਦੀ ਬੋਟਮ ਆਏਗੀ, ਅਤੇ ਇਹਦੇ ਵਿੱਚ ਕਿੰਨੇ ਕਲਰ, ਦੋ ਕਲਰ 'ਚ ਵੀ, ਇਹ 'ਚ ਵੀ ਤੁਹਾਨੂੰ ਤਿੰਨ ਕਲਰ ਖਾਵਾਂਗੇ। ਦੁਪੱਟਾ ਦੇਖੋ ਜੀ ਨਾਲ, ਪਿਓਰ ਮਲਸ ਦਾ ਦੁਪੱਟਾ ਜੀ, ਤੁਹਾਨੂੰ ਇਹ ਫੈਬਰਿਕ ਨਹੀਂ ਮਿਲੇਗਾ ਬਾਜ਼ਾਰ ਦੇ ਵਿੱਚ, ਪਿਓਰ ਮਲਸ ਕੋਟਨ ਦਾ ਦੁਪੱਟਾ, ਦੇਖੋ ਸਾਈਡਾਂ 'ਤੇ ਪ੍ਰਿੰਟਿੰਗ ਇਸ ਤਰ੍ਹਾਂ ਦੋ ਕਲਰ ਦੀ, ਫਿਰ ਸੈਂਟਰ ਦੇ ਵਿੱਚ ਸੇਮ ਨਾਲ ਨਾਲ ਬਰਸ਼ਿੰਗ ਆਏਗੀ, ਬਹੁਤ ਐਕਸਕਲੂਸਿਵ ਚੀਜ਼ ਹੈ ਜਿਹੜਾ, ਟ੍ਰਿਪਲ ਡਾਇੰਗ ਦੇ ਵਿੱਚ ਦੁਪੱਟਾ, ਕੋਟਨ ਦੇ ਵਿੱਚ ਐਕਸਕਲੂਸਿਵ। ਦੂਜਾ ਕਲਰ ਆਏਗਾ ਜੀ 'ਚ, ਗ੍ਰੀਨਿਸ਼ ਗ੍ਰੇ ਕਲਰ ਹੈ ਜੀ ਇਹਦਾ, ਅਤੇ ਤੀਸਰਾ ਆਏਗਾ 'ਚ ਆਈਬਰੀ ਕਲਰ ਜੀ ਇਹਦਾ, ਤਿੰਨ ਕਲਰ ਨੇ ਦੇਖੋ ਇਹਦੇ 'ਚ, ਬਹੁਤ ਹੀ ਸੁਪਰ ਡੁਪਰ ਕੋਨਸੈਪਟ ਹੈ, ਪਿਓਰ ਮਲਸ ਕੋਟਨ ਦੇ ਦੁਪੱਟੇ ਨਾਲ, ਆਈਟਮ ਨੰਬਰ 3, ਪ੍ਰਾਈਜ਼ ਪਏਗਾ 3020 ਰੁਪਈਏ ਦੀ, 3020। ਲਓ ਜੀ ਇੱਕ ਹੋਰ ਕੋਨਸੈਪਟ ਆਇਆ ਮੇਰੇ ਕੋਲ, 4 ਕਲਰ ਹੈ, ਤੁਹਾਨੂੰ ਚਾਰੇ ਕਲਰ ਸ਼ੋਅ ਕਰਨੇ, ਦੇਖੋ ਜੀ ਇਹਦਾ ਟੋਟਲ ਪੀਸ ਕਿੰਨੇ ਗਿਣਤੀ ਹੈ, ਅੱਛਾ ਉਹ ਜੀ ਇਹ ਵੀ ਆਰ ਸਟੂਡੀਓ ਦਾ ਪੀਸ ਹੈ, ਦੇਖੋ ਚੀਜ਼ਾਂ ਦੇਖੋ, ਕੋਟਨ ਦੇ ਵਿੱਚ ਤੁਹਾਨੂੰ ਅਸੀਂ ਕੁਆਲਿਟੀ ਦੇ ਰਹੇ ਹਾਂ ਮੈਡਮ, ਇਹ ਸਾਰਾ ਨੀਚੇ ਇਹ ਮਤਲਬ ਜੁਆਇੰਟ ਨਹੀਂ ਕੀਤਾ ਹੋਇਆ, ਇਹ ਪ੍ਰਿੰਟਿੰਗ ਦੇ ਵਿੱਚ ਹੀ ਕੋਨਸੈਪਟ ਹੁੰਦਾ, ਦੇਖੋ ਜੁਆਇੰਟ ਨਹੀਂ ਹੈਗਾ ਕੋਈ, ਇਹ ਪ੍ਰਿੰਟਿੰਗ ਹੈ ਸਾਰੀ, ਆਹ ਉੱਪਰ ਐਮਬਰਾਇਡਰੀ ਸਾਰਾ ਪੈਚ ਦੇ ਕੇ ਗ੍ਰੀਨ ਕਲਰ ਦਾ, ਉਹਦੇ ਉੱਪਰ ਸਾਰੀ ਹੋਲਸ ਵਾਲੀ ਐਮਬਰਾਇਡਰੀ ਹੈ, ਇਹ ਵੀ ਉੱਪਰ ਸਾਰੀ ਐਮਬਰਾਇਡਰੀ ਹੈ, ਇਹ ਪੈਨਲ ਆ ਗਿਆ, ਇਹ ਵੀ ਪ੍ਰਿੰਟਿੰਗ ਦੇ ਵਿੱਚ ਹੀ ਸਾਰਾ ਪੈਨਲ ਦਿੱਤਾ ਹੋਇਆ, ਸਾਰਾ ਪ੍ਰਿੰਟਿੰਗ ਦੇ ਵਿੱਚ ਪੈਨਲ ਦਿੱਤਾ, ਦੇਖੋ ਕੰਟਰਾਸਟ ਬੋਟਮ ਆਏਗੀ, ਬਹੁਤ ਹੀ ਬਰੀਕ ਪ੍ਰਿੰਟਿੰਗ ਆ, ਲਗਜ਼ਰੀ ਕੋਟਨ ਹੈ, ਲਾਈਨਿੰਗ ਤੋਂ ਬਿਨਾਂ ਬਣੇਗਾ, ਦੁਪੱਟੇ ਦੇ ਚਾਰੇ, ਇਹ ਵੀ ਮਲਸ ਕੋਟਨ ਦਾ ਨਾਲ ਦੁਪੱਟਾ, ਕੱਪੜਾ ਬਹੁਤ ਫਾਈਨ ਹੈ ਜੀ, ਮਲਸ ਕੋਟਨ ਹੈ ਇਹ, ਟੂ ਟੋਨ ਦੁਪੱਟਾ, ਚਾਰੇ ਪਾਸੇ ਬੋਰਡਰ, ਇਹਦੇ 'ਚ ਕਲਰ ਦੇਖੋ ਤੁਸੀਂ ਜਿਹੜਾ ਜੀ, ਇੱਕ ਆਇਆ ਰਸ ਪੀਚ ਕਲਰ ਆਈ ਵਾਲਾ ਨਾਲ ਗ੍ਰੇ ਕੋਂਬੀਨੇਸ਼ਨ ਹੈ, ਦੂਜਾ ਆਇਆ ਡਸਟੀ ਬਰਾਊਨ ਕਲਰ ਹੈ, ਉਹਦੇ ਨਾਲ ਵੀ ਗ੍ਰੇ ਕੋਂਬੀਨੇਸ਼ਨ ਹੈ, ਤੀਜਾ ਆਇਆ ਗ੍ਰੀਨ, ਉਹਦੇ ਨਾਲ ਵੀ ਹਲਕਾ ਜਿਹਾ ਮਾਊਸ ਬਰਾਊਨ ਦਾ ਕੋਂਬੀਨੇਸ਼ਨ, ਆਹ ਲੁੱਕ ਆਏਗੀ, ਚਾਰੋਂ ਪੀਸ ਨੇ ਸੈੱਟ, ਹਲੇ ਬਿਲਕੁਲ ਨਵਾਂ ਆਇਆ, ਮਤਲਬ ਲਾਈਨਿੰਗ ਤੋਂ ਬਿਨਾਂ ਬਣਨਗੇ ਸਾਰੇ ਸੂਟ, ਨਵੇਂ ਫੈਬਰਿਕ ਨੇ ਸਾਰੇ, ਪਿਓਰ ਲਗਜ਼ਰੀ ਕੋਟਨ, ਆਈਟਮ ਨੰਬਰ 4, ਪ੍ਰਾਈਜ਼ ਪਏਗਾ ਸਿਰਫ 2230 ਰੁਪਈਏ ਜੀ। ਲਓ ਜੀ ਚੀਜ਼ਾਂ ਦੇਖੋ ਮੈਡਮ ਜੀ, ਸੁਪਰ ਡੁਪਰ ਚੀਜ਼ਾਂ ਸਾਰੀਆਂ, ਡੇਲੀ ਮਾਲ ਨਵੇਂ ਆਉਣੇ ਨੇ, ਉਹਦੇ 'ਚੋਂ ਤੁਹਾਨੂੰ ਵੀਡੀਓ ਨਵੀਂ ਬਣੀ ਆ, ਇਹ ਡਿਜੀਟਲ ਪ੍ਰਿੰਟ ਆ ਜੀ ਇਹਦਾ, ਪਿਓਰ ਮਸਲੀਨ ਕੋਟਨ ਹੈ, ਬਿਨਾਂ ਲਾਈਨਿੰਗ ਤੋਂ ਬਣੇਗਾ, ਇੱਕਦਮ ਸੋਫਟ ਕੁਆਲਿਟੀ ਜੀ, ਆਹ ਦੇਖੋ ਸਾਰੀ ਐਮਬਰਾਇਡਰੀ ਨੀਚੇ ਕਰੋਸ ਸਟਿਚ,
ਉਸੇ ਪ੍ਰਿੰਟ ਦੇ ਉੱਪਰ ਪੂਰੀ ਐਮਬਰਾਇਡਰੀ ਕੀਤੀ ਹੈ, ਪਲੇਨ ਫੈਬਰਿਕ ਦੇ ਕੇ ਸੇਮ ਕਲਰ ਦੀ ਬੋਟਮ ਆਏਗੀ, ਨਾਲ ਇਹਦੇ ਮਾਊਸ ਕਲਰ ਦੀ, ਇਹ ਨਾਲ ਦੁਪੱਟਾ ਆਏਗਾ। ਦੁਪੱਟੇ ਦੇ ਵਿੱਚ ਵੀ 3 ਟੋਨ ਹੈਗਾ, 9 ਦੇ ਵਿੱਚ ਲਾਈਟ ਬਰਾਊਨ ਹੈ, ਲਾਈਟ ਗੋਲਡਨ ਹੈ ਅਤੇ ਸਕਿਨ ਕਲਰ ਹੈ। ਕ੍ਰੋਸ ਸਟਿਚ ਐਮਬਰਾਇਡਰੀ ਲੈਂਥ ਵਾਲੇ ਪਾਸੇ, ਨਾਲ ਨਾਲ ਸਕੈਲਪਿੰਗ ਹੈ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, 2 ਕਲਰ 3 ਕਲਰ ਹੈ ਜੀ ਇਹ 'ਚ। ਇੱਕ ਆ ਗਿਆ ਰਸਟਿਚ ਬਰਾਊਨ ਕਲਰ ਆ ਗਿਆ ਜੀ, ਇੱਕ ਆ ਗਿਆ ਗਾਜਰੀ ਕਲਰ, ਇੱਕ ਆ ਗਿਆ ਡਲ ਮੋਵ ਕਲਰ ਜੀ ਵਾਲਾ। ਲਓ ਜੀ 3 ਕਲਰ ਦੇ ਮੈਚਿੰਗ ਫਲਾਵਰ ਨੇ, ਬਹੁਤ ਹੀ ਸੁਪਰ ਡੁਪਰ ਆਈਟਮ ਹੈ ਜੀ। ਕ੍ਰੋਸ ਸਟਿਚ ਐਮਬਰਾਇਡਰੀ ਹੈ, ਲੈਂਥ ਵਾਲੇ ਪਾਸੇ ਪੂਰੀ ਐਮਬਰਾਇਡਰੀ। ਆਈਟਮ ਨੰਬਰ 5 ਪ੍ਰਾਈਜ਼ ਪਏਗਾ 3290 ਰੁਪਈਏ। ਲਓ ਜੀ ਇਹ ਵੀ ਡਿਜੀਟਲ ਦੇ ਵਿੱਚ ਆਈਟਮ ਆਏਗੀ। ਇਹ ਸੈਂਟਰ ਦੇ ਵਿੱਚ ਨਾ ਪੂਰੀ ਐਮਬਰਾਇਡਰੀ ਦਿੱਤੀ, ਦੇਖੋ ਤੁਸੀਂ ਕੰਸੈਪਟ ਦੇਖੋ, ਇਹ ਫਲਾਵਰ ਪ੍ਰਿੰਟਿੰਗ ਆ ਗਈ। ਇਹ ਪੈਨਲ ਦਿੱਤਾ ਪੂਰੇ ਐਮਬਰਾਇਡਰੀ ਦੋਨੇ ਪਾਸੇ ਲੇਸਿਸ ਦੇ ਕੇ, ਸੈਂਟਰ ਦੇ ਵਿੱਚ ਡਿਫਰੈਂਟ ਪ੍ਰਿੰਟ ਆ ਗਿਆ ਮਿਕਸਰ ਮੈਚ ਦਾ, ਅਤੇ ਉਹੀ ਨੀਚੇ ਘੇਰ ਦੇ ਸੇਮ ਪ੍ਰਿੰਟ ਦੇ ਕੇ ਪ੍ਰਿੰਟੈਕਸ ਦਿੱਤੀਆਂ ਇਹਦੇ 'ਚ। ਆਹ ਸਾਰੀ ਐਮਬਰਾਇਡਰੀ ਹੈ ਜੀ। ਪੈਨਲ ਉੱਪਰ ਨੈਕ ਤੱਕ ਆਏਗਾ ਪੈਨਲ ਸਾਰਾ, ਅਤੇ ਬੋਟਮ ਆਏਗੀ ਨਾਲ ਇਹਦੇ ਗ੍ਰੀਨ ਕਲਰ ਦੀ ਕੰਟਰਾਸਟ ਬੋਟਮ ਆਏਗੀ। ਦੁਪੱਟਾ ਆਏਗਾ ਪਿਓਰ ਮਲਜ਼ ਦੇ ਵਿੱਚ, ਹੁਣ ਦੁਪੱਟੇ ਦਾ ਫੈਬਰਿਕ ਨਵਾਂ ਆ ਗਿਆ, ਪਿਓਰ ਮਲਜ਼ ਕੋਟਨ ਦੇ ਦੁਪੱਟੇ ਨੇ, ਇੱਕਦਮ ਸੋਫਟ ਕੱਪੜਾ ਹੁੰਦਾ ਜੀ ਅਲਾ। ਨਾਲ ਕੋਟਨ ਦੇ ਟੱਸਲ ਲੱਗੇ ਨੇ ਦੁਪੱਟੇ ਦੇ, ਪ੍ਰਿੰਟਿੰਗ ਹੈ, ਇੱਕ ਗ੍ਰੀਨ ਕਲਰ ਹੈ, ਦੂਜਾ ਸਕਿਨ ਦੇ ਉੱਤੇ ਪਿੰਕ ਕਲਰ ਆਏਗਾ ਜੀ। ਦੋਨੇ ਕਲਰ ਸੁਪਰ ਡੁਪਰ ਨੇ ਜੀ, ਇਹ 3 ਕਲਰ ਵੈਰੀ ਗੁੱਡ। 4 ਕਲਰ ਆ ਲਓ ਜੀ, ਪੂਰਾ ਸੈੱਟ ਹੀ ਤੁਹਾਨੂੰ ਦਿਖਾ ਰਿਹਾ, ਦੇਖੋ ਜੀ 4 ਕਲਰ ਆਏ ਨੇ ਤੁਹਾਡੇ ਮੂਹਰੇ, ਓਪਨਿੰਗ ਜਸਟ ਤੁਹਾਡੀ ਕਰ ਰਹੇ ਹਾਂ, ਬਿਲਕੁਲ ਤਾਜ਼ੇ ਮਾਲ ਆਏ ਨੇ। ਮੈਂ ਕਿਹਾ ਵੀ 4-4 ਕਲਰ ਹੈਗੇ, 4 ਦਿਖਾ ਦਈਏ। ਲਓ ਜੀ ਇੱਕ ਹਲਕਾ ਜਿਹਾ ਪੀਚ ਆ ਗਿਆ, ਪਿੰਕ ਆ ਗਿਆ, ਬਲੂ ਆ ਗਿਆ, ਅਤੇ ਨੀਚੇ ਗ੍ਰੀਨ ਆ ਗਿਆ। ਆਈਟਮ ਨੰਬਰ 6 ਪ੍ਰਾਈਜ਼ ਪਏਗਾ 2990 ਰੁਪਈਏ ਜੀ। ਲਓ ਜੀ ਇਹ ਵੀ ਫਾਈਨ ਕੋਟਨ ਦੇ ਵਿੱਚ ਹੈ, ਪਿਓਰ ਰਿਓਨ ਕੋਟਨ ਹੈ, ਬਿਨਾਂ ਲਾਈਨਿੰਗ ਤੋਂ ਬਣੇਗਾ ਕੱਪੜਾ। ਕੋਈ ਲਾਈਨਿੰਗ ਦੀ ਲੋੜ ਨਹੀਂ, ਕੋਈ ਨੀਚੇ ਸਲਿੱਪ ਪਾਉਣ ਦੀ ਲੋੜ ਨਹੀਂ, ਗਰਮੀ ਵੈਸੇ ਹੀ ਬਹੁਤ ਆ, ਚੁੱਪ ਕਰਕੇ ਸਿੰਪਲ ਸਟਿਚ ਕਰਾਓ ਅਤੇ ਪਾਓ। ਇਹ ਪੂਰੀ ਸ਼ਰਟ 'ਤੇ ਨੀਚੇ ਪ੍ਰਿੰਟੈਕਸ ਦਿੱਤੀਆਂ, ਸਾਰੀ ਐਮਬਰਾਇਡਰੀ ਦਿੱਤੀ ਵਾਲੀ ਜੀ। ਇਹ ਲੇਸਿਸ ਦੇ ਨਾਲ ਪੈਨਲ ਬਣਿਆ ਸਾਰਾ, ਵੈਸੇ ਰਨਿੰਗ ਪ੍ਰਿੰਟ ਆ, ਸੇਮ ਕਲਰ ਦੀ ਬੋਟਮ ਆਏਗੀ ਨਾਲ ਇਹਦੇ ਬੇਜ ਕਲਰ ਦੀ, ਅਤੇ ਆਹ ਨਾਲ ਦੁਪੱਟਾ ਇਸ ਤਰ੍ਹਾਂ ਮਲਜ਼ ਕੋਟਨ ਦਾ ਦੁਪੱਟਾ ਵਾ। ਇਹ 3 ਕਲਰ ਮਤਲਬ ਡਾਈਂਗ ਕਰਕੇ ਸਕੈਲਪਿੰਗ ਕੀਤੀ, ਵਿੱਚ ਜੁਆਇੰਟ ਦਿੱਤਾ ਨੇ ਬੇਜ ਗਾਜੀ ਅਤੇ ਬਰਾਊਨ ਕਲਰ ਦਾ। ਆਹ ਦੇਖੋ ਹੈ ਗੱਲਬਾਤ ਪੂਰੀ ਪੀਸਾਂ ਦੀ, ਬਿਲਕੁਲ ਨਵੇਂ ਆਰਟੀਕਲ ਨੇ ਜੀ। ਇੱਕ ਆ ਗਿਆ ਇਹ 'ਚ ਗਾਜਰੀ ਪਿੰਕ ਕਲਰ ਆ ਗਿਆ, ਤੀਜਾ ਆਏਗਾ ਰਸਟ ਇਹਦੇ 'ਚ। ਇਹ ਥੋੜ੍ਹਾ ਜਿਹਾ ਫਲਾਵਰ ਚੇਂਜ ਆ ਆਪਸ 'ਚ, ਲੇਕਿਨ ਕੋਨਸੈਪਟ ਰੇਟ ਕਲਰ ਮੈਚਿੰਗ ਸਭ ਅਲੱਗ ਅਲੱਗ ਹੈ। ਦੇਖੋ ਰੇਟ ਸਿੰਗਲ ਹੀ ਮਤਲਬ ਸਭ ਦਾ, ਫੈਬਰਿਕ ਇੱਕੋ ਹੀ। ਆਈਟਮ ਨੰਬਰ 7 ਪ੍ਰਾਈਜ਼ ਪਏਗਾ 2410 ਰੁਪਈਏ ਜੀ। ਔਰ ਇਹ ਵੀ ਆ ਗਿਆ ਪਿਓਰ ਮਸਲੀਨ ਦੇ ਨਾਲ ਆਈਟਮ ਆਈ ਆ, ਇਹ ਹਕੂਬਾ ਚਿਕਨ ਦੇ ਵਿੱਚ ਆਈਟਮ ਆਈ ਸਾਰੀ ਜਿਹੜੀ ਹਕੂਬਾ ਚਿਕਨ ਸਾਰੀ। ਨੀਚੇ ਪਹਿਲਾਂ ਐਮਬਰਾਇਡਰੀ ਆਏਗੀ, ਬਾਰਡਰ ਦੇ ਵਿੱਚ ਸਾਰਾ ਰੇਸ਼ਮ ਦਾ ਕੰਮ ਹੈ ਜੀ। ਲਾ ਉੱਪਰ ਨੀਚੇ ਐਮਬਰਾਇਡਰੀ ਆ ਗਈ, ਸੈਂਟਰ ਦੇ ਵਿੱਚ ਚਿਕਨਕਾਰੀ ਆ ਗਈ। ਇਹ ਪੈਨਲ ਦੇ ਵਿੱਚ ਬੂਟੇ ਆ ਗਏ ਸਾਰੇ ਦੋਨੇ ਪਾਸੇ, ਇਹ ਸੈਂਟਰ ਦੇ ਵਿੱਚ ਸਾਰੀ ਚਿਕਨਕਾਰੀ ਆਏਗੀ ਇਸ ਤਰ੍ਹਾਂ ਵੀ ਸਾਰੀ ਨਾਲੇ ਹੋਲਦਾਰੀ। ਅਕੂਬਾ ਚਿਕਨ ਹੈ, ਬੈਕ ਇਹਦੀ ਬੜੇ ਪਲੇਨ ਆਏਗੀ, ਹਾਂਜੀ ਬੈਕ 'ਤੇ ਵੀ ਸੇਮ ਚਿਕਨ ਆਏਗੀ ਇੱਦਾਂ ਜੀ। ਬੋਟਮ ਪਲੇਨ, ਦੁਪੱਟਾ ਬਹੁਤ ਪਿਆਰਾ ਦੇਖੋ ਇਸ ਤਰ੍ਹਾਂ ਜੀ, ਨਾਲ ਮਸਲੀਨ ਦਾ ਦੁਪੱਟਾ ਵਾ। ਦੁਪੱਟੇ 'ਤੇ ਬਿਲਕੁਲ ਐਕਸਕਲੂਸਿਵ ਪ੍ਰਿੰਟਿੰਗ ਆ, ਉਸੇ ਕਲਰ ਮੈਚਿੰਗ ਦੇ ਨਾਲ, ਉਸੇ ਪ੍ਰਿੰਟਿੰਗ ਦੇ ਨਾਲ।
ਆਹ ਲੋਕ ਆਏਗੀ ਪੂਰੇ ਆਰਟੀਕਲ ਦੀ, ਇਹਦੇ 'ਚ ਦੋ ਕਲਰ ਨੇ ਜੀ, ਇੱਕ ਹੈਗਾ ਲਾਈਟ ਜਾਂ ਲੈਮਨ ਕਲਰ ਹੈ, ਦੂਜਾ ਹੈਗਾ ਮਾਊਸ ਕਲਰ। ਇਹਦੇ ਉੱਪਰ ਕੰਮ ਦੇਖੋ ਕਿੰਨਾ ਪਿਆਰਾ ਕੰਟਰਾਸਟ ਦਿੱਤਾ ਹੋਇਆ, ਮਾਊਸ 'ਤੇ ਹਲਕਾ ਜਿਹਾ ਪੀਚ ਹੈ, ਲੈਮਨ ਉੱਤੇ ਹਲਕਾ ਜਿਹਾ ਪਿੰਕ ਹੈ, ਨਾਲ ਨਾਲ ਗ੍ਰੀਨ ਹੈ। ਆਈਟਮ ਨੰਬਰ 8 ਪ੍ਰਾਈਸ ਪਏਗਾ ਸਿਰਫ 3440 ਰੁਪਈਏ ਜੀ। ਇੱਕ ਸਮਰ ਵਿੱਚ ਹੀ ਨਵੀਂ ਆਈਟਮ ਆਈ ਹੈ ਲੈਮਨ ਸ਼ਿਫੋਨ, ਕੋਟਨ ਦੇ ਵਿੱਚ ਹੀ ਬੇਸ ਹੁੰਦਾ ਜੀ, ਇਹ ਵੀ ਪਿਓਰ ਮਸਲੀਨ ਦੇ ਵਿੱਚ ਹੈ, ਇਹ ਖੁਸ਼ਬੂ ਵਾਲਾ ਫੈਬਰਿਕ ਹੈ ਜੀ। ਇਹ ਕੱਲ੍ਹ ਪਰਸੋਂ ਵੀ ਆਈਟਮ ਪਾਈ ਸੀਗੀ, ਬਹੁਤ ਅੱਛਾ ਰਿਸਪੋਂਸ ਆਇਆ, ਤਾਂ ਆਈਟਮ ਦੁਬਾਰਾ ਅੱਜ ਫਿਰ ਆ ਗਈ ਹੈ। ਇਹ ਪ੍ਰਿੰਟਿੰਗ ਹੈ ਜੀ, ਸਾਰਾ ਪਿਓਰ ਮਸਲੀਨ ਆਈ ਵਾਲੀ ਕੋਟਨ, ਲਾਈਨਿੰਗ ਤੋਂ ਬਿਨਾਂ ਬਣੇਗਾ। ਨੀਚੇ ਡਬਲ ਐਮਬਰਾਇਡਰੀ ਹੈ, ਇੱਕ ਸਕੈਲਪਿੰਗ ਆ ਗਈ ਨੀਚੇ, ਇਹ ਸਾਰਾ ਰੇਸ਼ਮ ਦਾ ਕੰਮ ਆ ਗਿਆ, ਠੀਕ ਹੈ ਜੀ। ਇਹ ਉੱਪਰ ਫਿਰ ਇਹਦੇ 'ਚ ਨੈਕ ਉੱਤੇ ਵੀ ਸੇਮ ਐਮਬਰਾਇਡਰੀ ਦਾ ਬਾਰਡਰ ਦੇ ਕੇ ਚਾਰੇ ਪਾਸੇ ਲੇਸਿਸ ਦਿੱਤੀਆਂ ਹੋਈਆਂ ਜੀ। ਬੋਟਮ ਆਏਗੀ ਨਾਲ ਇਹਦੇ ਮਿਕਸ ਐਂਡ ਮੈਚ। ਲਓ ਜੀ, ਹੁਣ ਤੁਸੀਂ ਖੋਲੋ ਭਾਅ ਜੀ ਦੁਪੱਟਾ ਨਾਲ, ਇਹਦੇ ਨਾਲ ਆਏਗਾ ਦੁਪੱਟਾ, ਪਿਓਰ ਮਸਲੀਨ ਦਾ ਨਾਲ ਦੁਪੱਟਾ ਹੈ ਜੀ। ਚਾਰੇ ਪਾਸੇ ਲੇਸਿਸ ਆਣਗੀਆਂ, ਨਾਲ ਨਾਲ ਪ੍ਰਿੰਟਿੰਗ ਆਏਗੀ। ਇਹ 'ਚ ਦੋ ਕਲਰ ਨੇ ਬੇਟਾ, ਦੋ ਕਲਰ ਨੇ ਜੀ ਇਹਦੇ 'ਚ, ਇੱਕ ਗ੍ਰੇ ਕਲਰ ਆਇਆ ਜੀ ਇਹਦਾ, ਅਤੇ ਨੀਚੇ ਗ੍ਰੀਨ ਤੁਹਾਨੂੰ ਦਿਖਾਇਆ, ਦੇਖੋ ਇਹ ਹਲਕੀ ਪਿੰਕ ਆ ਗਿਆ। ਦੋਨਾਂ ਮਤਲਬ ਕੰਟਰਾਸਟ ਸੇਮ ਹੀ ਨੇ, ਲੇਕਿਨ ਦੋਨਾਂ ਪੀਸਾਂ ਦੀ ਗੱਲਬਾਤ ਸੁਪਰ ਡੁਪਰ ਹੈ ਜੀ। ਆਈਟਮ ਨੰਬਰ 9 ਪ੍ਰਾਈਸ ਪਏਗਾ 4980। ਲਓ ਜੀ, ਇੱਕ ਬਾਟਿਕ ਦੇ ਵਿੱਚ ਆ ਕੇ ਕੋਟਨ ਦੇ ਵਿੱਚ ਆਈਟਮ ਆ ਗਈ ਜੀ, ਸਿੰਗਲ ਸਿੰਗਲਾਂ ਨੂੰ। ਲਓ ਜੀ, ਇਹ ਸਾਰੇ ਹੀ ਪੀਸ ਨਵੇਂ ਆਏ ਨੇ ਜੀ, ਡਬਲ ਡਬਲ ਪੀਸ ਨੇ, ਪਿਓਰ ਬਾਟਿਕ ਦੇ ਵਿੱਚ ਆਈਟਮ ਆਈ ਜੀ। ਗ੍ਰੀਨ ਕਲਰ ਦਾ ਨੀਚੇ ਬਾਟਿਕ ਹੈ, ਉਹਦੇ ਉੱਪਰ ਵਾਈਟ ਪ੍ਰਿੰਟਿੰਗ ਹੈ ਸਾਰੀ ਜਿਹੜੀ, ਅਤੇ ਬੋਟਮ ਨਾਲ ਆਏਗੀ ਇਹਦੇ ਮਿਕਸ ਐਂਡ ਮੈਚ ਇਸ ਤਰ੍ਹਾਂ ਪ੍ਰਿੰਟ ਦੇ ਵਿੱਚ। ਇਹ ਵੀ ਲਾਈਨਿੰਗ ਤੋਂ ਬਿਨਾਂ ਜੀ, ਇਸ ਤਰ੍ਹਾਂ ਨੀਚੇ ਲੇਸ ਆ ਗਈਆਂ, ਤੁਹਾਡੀ ਮਰਜ਼ੀ ਜਿੱਦਾਂ ਮਰਜ਼ੀ ਲੈਂਥ ਰੱਖੋ, ਜਿੱਦਾਂ ਮਰਜ਼ੀ ਨੈਕ ਦੀ ਸ਼ੇਪ ਦਿਓ, ਆ ਦੁਪੱਟਾ ਆਏਗਾ ਨਾਲ ਇਹਦੇ ਐਮਬਰਾਇਡਰੀ ਦੁਪੱਟਾ, ਚਿਕਨਕਾਰੀ ਦਾ ਨਾਲ ਦੁਪੱਟਾ ਆਏਗਾ। ਚਾਰੇ ਪਾਸੇ ਬੋਰਡਰ ਹੈ, ਇੱਕ ਹੈਗਾ ਡਾਰਕ ਗ੍ਰੀਨ ਕਲਰ, ਦੂਜਾ ਹੈਗਾ ਰੋਜ਼ ਪਿੰਕ ਕਲਰ ਵਾਲਾ। ਦੋਨੇ ਪੀਸ ਸੁਪਰ ਡੁਪਰ ਨੇ, ਦੇਖੋ ਹਲਕੀ ਜਿਹੀ ਕਾਂਥਾ ਸਟਿੱਚ ਹੈ, ਲੇਸਿਸ ਹੈ, ਟਸਲ ਨੇ, ਮਿਕਸ ਐਂਡ ਮੈਚ ਹੈ, ਬਿਨਾਂ ਲਾਈਨਿੰਗ ਤੋਂ ਕੱਪੜਾ ਬੰਨਣਾ, ਦੁਪੱਟਾ ਕੋਟਨ ਦਾ। ਆਈਟਮ ਨੰਬਰ 10 ਸਿਰਫ 2250 ਰੁਪਈਏ। ਸੁਖਦੀਪ ਜੀ ਸਤਿ ਸ਼੍ਰੀ ਅਕਾਲ ਜੀ, ਨਾਮ ਇੱਕੋ ਹੀ ਲਿਖਾ ਰਿਹਾ, ਕੀ ਚੱਕਰ ਆ ਜੀ, ਸਿਰਫ ਵਿਆਹ ਸੀ ਨਾਮ ਸਾਰੇ। ਲਓ ਜੀ, ਕਿਹਾ ਵੀ ਚੀਜ਼ ਦੇਖਣਾ ਜੀ, ਡਿਜੀਟਲ ਦੇ ਵਿੱਚ ਆਈਟਮ ਆਏਗੀ ਸਾਰੀ। ਇਹ ਸਾਰੀ ਨਾ ਨੀਚੇ ਪ੍ਰਿੰਟਿੰਗ ਹੈ, ਤੁਹਾਨੂੰ ਲੁੱਕ ਆਏਗੀ ਲੇਸ ਦੀ, ਆਹ ਪ੍ਰਿੰਟਿੰਗ ਹੈ, ਆਹ ਨੀਚੇ ਲੇਸ ਆਏਗੀ ਸਿਰਫ। ਇਹ ਸਾਰਾ ਪ੍ਰਿੰਟਿੰਗ ਦੇ ਵਿੱਚ ਕੋਨਸੈਪਟ ਆਏਗਾ, ਸਾਈਡਾਂ ਉੱਤੇ ਮਲਟੀ ਪ੍ਰਿੰਟ ਆ ਗਿਆ, ਉੱਪਰ ਨੈੱਕ ਦੇ ਬਿਲਕੁਲ ਬਾਰੀਕ ਜਿਹਾ ਪੈਚ ਦੇ ਕੇ ਉਹਦੇ 'ਤੇ ਹਲਕੀ ਹਲਕੀ ਐਮਬਰਾਇਡਰੀ ਕੀਤੀ ਸਾਰੀ, ਦੇਖੋ ਇਹਦੇ 'ਚ। ਬਸ ਮਿੰਟ ਹੋ ਗਿਆ, ਆਹੋ ਜੀ ਦੁਪੱਟਾ ਆਏਗਾ ਨਾਲ ਇਹਦੇ ਕੰਟਰਾਸਟ, ਸੈਂਟਰ ਦੇ ਵਿੱਚ ਸੇਮ ਕਲਰ ਆ ਜਾਏਗਾ, ਸਾਈਡਾਂ ਉੱਤੇ ਬਲੈਕ ਆ ਜਾਏਗਾ, ਚਾਰੇ ਪਾਸੇ ਉਹੀ ਪ੍ਰਿੰਟਿੰਗ ਹੈ, ਪਿਓਰ ਮਸਲੀਨ ਦੇ ਉੱਤੇ ਹੈ, ਹਲਕੀ ਜਿਹੀ ਐਮਬਰਾਇਡਰੀ ਹੈ, ਪ੍ਰਿੰਟਿੰਗ ਆ, ਲੇਸ ਹੈ, ਇੱਕ ਆ ਗਿਆ ਮੋਵ ਕਲਰ, ਦੂਜਾ ਆ ਗਿਆ ਗ੍ਰੀਨ ਕਲਰ। ਦੇਖੋ ਪ੍ਰਿੰਟਿੰਗ, ਐਮਬਰਾਇਡਰੀ, ਲੇਸ। ਆਈਟਮ ਨੰਬਰ 11 ਪ੍ਰਾਈਜ਼ ਪਏਗਾ 2740 ਰੁਪਈਏ ਜੀ। ਲਓ ਜੀ, ਇਹ ਵੀ ਹਕੋਬਾ ਚਿਕਨ ਦੇ ਵਿੱਚ ਆਈਟਮ ਇੱਕ ਹੋਰ ਆ ਗਈ, ਇਹ ਵੀ ਸਾਡੇ ਕੋਲ ਆਈਟਮ ਬਹੁਤ ਪਾਸ ਆਈ ਵਾਲੀ, 15-20 ਦਿਨ ਪਹਿਲਾਂ ਆਈਟਮ ਆਈ ਸੀ, ਬਹੁਤ ਅੱਛਾ ਰਿਸਪੋਂਸ ਸੀਗਾ। ਹੁਣ ਗ੍ਰੇ ਕਲਰ ਆਇਆ, ਦੋ ਕਲਰ ਆਏ ਨੇ ਇਹ 'ਚ, ਪੂਰੀ ਚਿਕਨਕਾਰੀ ਦੀ ਸ਼ਰਟ ਹੈ, ਪੂਰਾ ਫਰੰਟ ਹੈ, ਸਾਰਾ ਹੋਲ ਦਵਾ ਲਾਈਨਾਂ ਦੇ ਸੇਮ, ਇਹਦੀ ਬੈਕ ਆਏਗੀ ਇੱਦਾਂ ਜੀ, ਨੀਚੇ ਸਿਰਫ ਹਲਕੀ ਜਿਹੀ ਲੇਸ ਦਿੱਤੀ ਹੈ, ਸੇਮ ਕਲਰ ਕੋਟਨ ਦੀ ਲੇਸ, ਨਾਲ ਦੁਪੱਟਾ ਬਹੁਤ ਜ਼ਬਰਦਸਤ ਆ, ਪਿਓਰ ਸ਼ਿਫੋਨ ਦੀ ਚੁੰਨੀ ਹੈ, ਪ੍ਰਿੰਟਿੰਗ ਕੰਟਰਾਸਟ, ਚਾਰੇ ਪਾਸੇ ਗ੍ਰੇ ਹੈ, ਸੈਂਟਰ ਦੇ ਵਿੱਚ ਪਿੰਕ ਹੈ,
ਕੋਟਨ ਦੀ ਬੋਟਮ ਹੈ, ਲਾਈਨਿੰਗ ਮਤਲਬ ਸ਼ਰਟ ਨੀਚੇ ਥੋੜ੍ਹੀ ਲਵਾ ਸਕਦੇ ਤੁਸੀਂ ਕਿਉਂਕਿ ਥੋੜ੍ਹਾ ਜਿਹਾ ਟਰਾਂਸਪੇਰੈਂਟ, ਵੈਸੇ ਇਹਨਾਂ ਟਰਾਂਸਪੇਰੈਂਟ ਨਹੀਂ ਹੈ, ਬਾਕੀ ਤਾਂ ਬਾਕੀ ਹਰ ਦਾ ਆਪਣਾ ਆਪਣਾ ਸਿਸਟਮ ਹੁੰਦਾ ਫੈਮਿਲੀ ਦਾ। ਦੋ ਕਲਰ ਨੇ ਇਹਦੇ 'ਚ, ਗ੍ਰੀਨ ਕਲਰ ਹੈ ਅਤੇ ਦੁਪੱਟਾ ਵਾਲਾ ਇਹਦੇ ਸਹੀ ਇਹਦੇ 'ਚ। ਲਓ ਜੀ, ਗ੍ਰੇ ਆ, ਦੂਜਾ ਗ੍ਰੀਨ ਆ, 12 ਨੰਬਰ ਆਈਟਮ 2720 ਰੁਪਈਏ ਜੀ। ਬਿਲ ਬਣਾ ਦੇ ਗ੍ਰੇ ਪੀਸ ਦਾ, ਹਾਂ ਔਰਗੈਂਜਾ ਦਾ ਕਿਹੜੇ ਮੁਕਤੇ ਤੁਸੀਂ, ਲਓ ਜੀ ਇਹ ਵੀ ਚੀਜ਼ ਦੇਖੋ ਜੀ, ਰਸਤਾ ਜੀ ਸਾਰੀ ਨੀਚੇ ਸੀਰੀਅਲ ਤਿੱਲੇਕਾਰੀ ਦਾ ਕੰਮ ਆ ਗਿਆ। ਇਹ ਸਾਡੇ ਕੋਲ ਸੇਮ ਆਈਟਮ ਪਿਓਰ ਔਰਗੈਂਜਾ 'ਤੇ ਵੀ ਆਉਂਦੀ ਹੈ, ਉਹ ਥੋੜ੍ਹਾ ਜਿਹਾ ਕੋਸਟਲੀ ਹੈ, ਇਹਨੂੰ ਹੁਣ ਕੋਟਨ 'ਤੇ ਬਣਾਇਆ। ਇਹ ਸਾਰਾ ਨੀਚੇ ਮਿਲ ਪ੍ਰਿੰਟਿੰਗ ਹੈ, ਗ੍ਰੀਨ ਕਲਰ ਹੈ, ਵਾਈਟ ਹੈ, ਬਰਾਊਨ ਹੈ, ਮੂਵ ਕਲਰ ਹੈ, ਹਲਕੇ ਹਲਕੇ ਉਹਦੇ 'ਤੇ ਪਾਇਲ ਦੀ ਸੈਟਿੰਗ ਹੈ, ਨਾਲ ਨਾਲ ਇਹਦੇ 'ਚ ਤਿੱਲੇਕਾਰੀ ਦਾ ਕੰਮ ਆਏਗਾ। ਮਤਲਬ ਇਹ ਕੋਟਨ ਦੇ ਉੱਤੇ ਬਣਾਇਆ ਵੀ, ਹੁਣ ਉੱਪਰ ਵੀ ਸ਼ੇਪ ਨੈਕ ਰੇਤਾ ਇਹਦੇ। ਦੁਪੱਟਾ ਖੋਲੋ ਚਲੋ ਜੀ, ਇਹ ਨਾਲ ਦੁਪੱਟਾ ਕੋਟੇ ਦਾ ਦੁਪੱਟਾ, ਚਾਰੇ ਪਾਸੇ ਐਮਬਰਾਇਡਰੀ ਵਿੱਚ ਸੇਮ ਪ੍ਰਿੰਟਿੰਗ, ਉਹਦੇ 'ਤੇ ਪੈਚਿੰਗ ਹੈ, ਨਾਲ ਨਾਲ ਤਿੱਲੇ ਦਾ ਕੰਮ ਹੈ, ਹਲਕੇ ਹਲਕੇ ਪਾਇਲ 'ਤੇ ਸੈਟਿੰਗ ਹੈ, ਅਤੇ ਦੂਜਾ ਕਲਰ 'ਚ ਆਏਗਾ ਸੀ ਗ੍ਰੀਨ, ਪਿਓਰ ਕੋਟਨ ਹੈ ਜੀ। ਲਾਈਨਿੰਗ ਤੋਂ ਬਿਨਾਂ ਤੁਸੀਂ ਇਹਨੂੰ ਬਣਾ ਸਕਦੇ ਹੋ, ਬਾਕੀ ਸ਼ਰਟ ਨੀਚੇ ਤੁਹਾਡੀ ਮਰਜ਼ੀ, ਤੁਸੀਂ ਲਾਈਨਿੰਗ ਲਵਾਉਣੀ ਤਾਂ ਲਵਾ ਸਕਦੇ ਹੋ, ਮਤਲਬ ਟਰਾਂਸਪੇਰੈਂਟ ਨਹੀਂ ਆ। ਆਈਟਮ ਨੰਬਰ 13 ਪ੍ਰਾਈਸ ਪਏਗਾ 3920 ਰੁਪਈਏ। ਲਓ ਜੀ, ਇਹ ਵੀ ਚੀਜ਼ ਬਹੁਤ ਸੋਹਣੀ ਆ ਕੋਟਨ ਦੇ ਵਿੱਚ, ਇਹ ਵੀ ਮਤਲਬ ਬਾਟਿਕ ਦੇ ਲੋਕ ਆਈਟਮ ਆਉਂਦੀ ਹੈ। ਇਹ ਦੇਖੋ ਪੂਰੀ ਸ਼ਰਟ ਦਾ ਹਿੱਸਾ, ਫਰੰਟ ਦੇਖੋ ਸਾਰੀ, ਮਤਲਬ ਲਾਈਨਿੰਗ ਤੋਂ ਬਿਨਾਂ ਕੋਟਨ ਬਣੇਗੀ, ਮਸਟਰਡ ਕਲਰ ਹੈ, ਬੋਟਮ ਨਾਲ ਕੰਟਰਾਸਟ ਆਏਗੀ ਬੇਟੇ ਨਾਲ ਜੀ। ਇਹ ਦੇਖੋ ਨੀਚੇ ਘੇਰੇ 'ਤੇ ਸਾਰੀ ਐਮਬਰਾਇਡਰੀ ਹੈ, ਸੇਮ ਕਲਰ ਦੀ ਬੋਟਮ ਆਏਗੀ, ਮਸਟਰਡ ਸਾਰੀ ਨੀਚੇ ਐਮਬਰਾਇਡਰੀ ਹੋਲਸ ਵਾਲੀ, ਇਹ ਔਰਗੈਂਜਾ ਦੇ ਪੈਚ ਦੇ ਕੇ ਫਿਰ ਐਮਬਰਾਇਡਰੀ ਹੈ, ਸੈਂਟਰ ਪੈਨਲ ਦੇ ਵਿੱਚ ਐਮਬਰਾਇਡਰੀ ਸਾਰੀ ਇਸ ਤਰ੍ਹਾਂ। ਇੱਕ ਟਾਰਗੇਟ ਐਮਬਰਾਇਡਰੀ ਆ ਗਈ, ਇੱਕ ਸਿੰਗਲ ਵਰਸੀ ਸਟਾਈਲ ਐਮਬਰਾਇਡਰੀ ਆ ਗਈ, ਅਤੇ ਆਹ ਉੱਪਰ ਕੋਟਨ ਦਾ ਦੁਪੱਟਾ ਆਏਗਾ, ਚਾਰੇ ਪਾਸੇ ਸਕੈਲਪਿੰਗ ਆਏਗੀ, ਪ੍ਰਿੰਟਿੰਗ ਆਏਗੀ, ਵਿੱਚ ਪੂਰੀ ਐਮਬਰਾਇਡਰੀ ਆਏਗੀ। ਇਹ 'ਚ ਦੂਜਾ ਗ੍ਰੇ ਪੀਸ ਆ ਜੀ ਵਾਲਾ, ਇਹ ਕਲਮਕਾਰੀ ਪ੍ਰਿੰਟ ਹੈ, ਇਹ ਨੀਚੇ ਉਸ ਤੋਂ ਹੀ ਆ ਗਿਆ, ਮਿਕਸ ਐਂਡ ਮੈਚ ਦੁਪੱਟਾ ਕੋਟਨ ਦਾ ਹੀ ਆਏਗਾ ਨਾਲੇ ਦੇਸਾਂ ਵੀ। ਦੋਨੇ ਪੀਸ ਬਹੁਤ ਸੋਹਣੇ ਨੇ ਕੁੱਲ ਮਿਲਾ ਕੇ। 14 ਨੰਬਰ ਆਈਟਮ 2530 ਰੁਪਈਏ ਜੀ। ਪਰੇ ਕਰੋ ਪਰੇ। ਲਓ ਜੀ, ਪਿਓਰ ਮਸਲੀਨ ਦੇ ਉੱਤੇ ਆਈਟਮ ਆਈ ਆ, ਡਿਜ਼ਾਈਨਰ ਦੁਪੱਟੇ ਨਾਲ, ਮਸਲੀਨ ਦੀ ਚੁੰਨੀ, ਮਸਲੀਨ ਦੀ ਸ਼ਰਟ, ਮਿਕਸਰ ਮੈਚ ਕੋਨਸੈਪਟ ਆਏਗਾ, ਕੰਟਰਾਸਟ ਬੋਟਮ ਆ ਗਈ, ਰਾਮਾ ਗ੍ਰੀਨ ਕਲਰ ਦੀ। ਇਹ ਦੇਖੋ ਇਹ ਹੁੰਦੀਆਂ ਚੀਜ਼ਾਂ ਸਾਡੇ ਕੋਲ ਸੁਪਰ ਡੁਪਰ। ਮਸਲੀਨ ਦੇ ਉੱਤੇ ਸਾਰੀ ਪ੍ਰਿੰਟਿੰਗ ਹੈ ਜੀ ਵਾਲੀ, ਇਹ ਨੀਚੇ ਰਾਮਾ ਕਲਰ ਆ ਗਿਆ, ਪ੍ਰਿੰਟਿੰਗ ਸਾਰੀ ਆ ਗਈ, ਫਲਾਵਰ ਆ ਗਏ ਰਾਮਾ ਕਲਰ ਦੇ, ਉੱਪਰ ਬਿਲਕੁਲ ਬਰੀਕ ਨੈਕ ਦਿੱਤਾ ਉੱਤੇ ਡੋਰੀ ਦੇ ਕੰਮ ਦੇ ਵਿੱਚ, ਡੋਰੀ ਦੇ ਨਾਲ ਕੁੜਤਾ ਪੱਟੀ ਨੈਕ ਆ ਜੀ ਵਾਲਾ। ਅਤੇ ਹੁਣ ਜਿਹੜਾ ਦਾ ਉਹ ਦੁਪੱਟਾ ਜਿਹੜਾ ਇਹਦਾ, ਦੁਪੱਟਾ ਸੇਮ ਕਲਰ ਦਾ, ਬੋਟਮ ਕੰਟਰਾਸਟ ਆ, ਚਾਰੇ ਪਾਸੇ ਬੋਰਡਰ ਹੈ ਔਰਗੈਂਜਾ ਦਾ, ਬੋਰਡਰ ਦੇ ਕੇ ਐਮਬਰਾਇਡਰੀ ਹੈ, ਨਾਲ ਨਾਲ ਪ੍ਰਿੰਟਿੰਗ ਹੈ, ਦੁਪੱਟਾ ਸ਼ਿਫੋਨ ਦਾ, ਚਨੋਨ ਸ਼ਿਫੋਨ ਦਾ, ਮਸਲੀਨ ਦੀ ਸ਼ਰਟ ਹੈ, ਕੋਟਨ ਦੀ ਬੋਟਮ ਹੈ, ਦੂਜਾ ਗ੍ਰੇ ਦੇ ਨਾਲ ਬਲੂ ਆਏਗਾ ਕੋਂਬੀਨੇਸ਼ਨ, ਸਾਰਾ ਡੋਰੀ ਦਾ ਕੰਮ ਹੈ, ਪ੍ਰਿੰਟਿੰਗ ਆਏਗੀ, ਮਸਲੀਨ ਦੀ ਸ਼ਰਟ ਹੈ, ਚਨੋਨ ਸ਼ਿਫੋਨ ਦੀ ਚੁੰਨੀ ਹੈ, ਕੋਟਨ ਦੀ ਬੋਟਮ ਹੈ, ਐਕਸਕਲੂਸਿਵ ਟੇਸਟ ਹੈ ਜੀ ਇਹਦਾ। 15 ਨੰਬਰ ਆਈਟਮ 2930 ਰੁਪਈਏ। ਲਓ ਜੀ, ਕਿਆ ਪਾਕਿਸਤਾਨੀ ਦੇ ਵਿੱਚ ਆਈਟਮ ਆਈ, ਮੇਰੇ ਕੋਲ ਵੀ ਚੀਜ਼ ਬਹੁਤ ਪਿਆਰੀ ਇਸ ਤਰ੍ਹਾਂ ਦੇਖੋ।
ਸਾਰੀ ਐਮਬਰਾਇਡਰੀ ਆਏਗੀ ਨੀਚੇ ਦੇਖੋ ਇਸ ਤਰ੍ਹਾਂ ਇਹਦੇ 'ਚ ਪ੍ਰਿੰਟਿੰਗ ਆਏਗੀ ਟੋਟਲ ਸਾਰੀ ਡਿਜੀਟਲ ਪ੍ਰਿੰਟ ਆ ਗਿਆ ਸ਼ਰਟ ਦੇ ਉੱਤੇ ਉੱਪਰ ਇਹਦੇ 'ਚ ਨੈੱਕ ਹੈਗਾ ਪਾਕਿਸਤਾਨੀ ਪ੍ਰਿੰਟ ਆ ਗਲੇਸ ਕੋਟਨ ਕੱਪੜਾ ਜੀ ਇਹਦਾ ਗਲੇਸ ਕੋਟਨ ਪਹਿਲਾਂ ਕਿਸੇ ਟਾਈਮ 'ਤੇ ਬਹੁਤ ਚੱਲਦੀ ਹੁੰਦੀ ਸੀ ਹੁਣ ਦੁਬਾਰਾ ਫਿਰ ਆ ਗਈ ਹੈ ਮਤਲਬ ਲਗਜ਼ਰੀ ਕੋਟਨ ਵੀ ਬੋਲਦੇ ਆ ਇਹਨੂੰ ਦੁਪੱਟਾ ਨਾਲ ਡਿਜ਼ਾਇਨ ਦਾ ਰਹੇਗਾ ਦੁਪੱਟੇ ਦੇ ਵਿੱਚ ਡੈਰੀਆ ਦਾ ਪਹਿਲਾਂ ਆਏਗਾ ਫਿਰ ਫਲਾਵਰ ਪ੍ਰਿੰਟਿੰਗ ਆਏਗੀ ਇਹ ਹੈਗਾ ਗਾਜਰੀ ਪਿੰਕ ਕਲਰ ਹੈ ਅਤੇ ਦੂਜਾ ਹੈਗਾ ਕਰੀਮ ਕਲਰ ਦੋਨੇ ਪੀਸ ਬਹੁਤ ਸੋਹਣੇ ਨੇ ਆਹ ਵੀ ਬੜੇ ਖੋਲਦੇ ਬੜਾ ਪੀਸ ਯਾਰ ਪ੍ਰਿੰਟ ਦੋਨੇ ਬਹੁਤ ਸੋਹਣੇ ਨੇ ਕਰੀਮ ਕਲਰ ਹੈ ਕੱਪੜਾ ਬਹੁਤ ਪਿਆਰਾ ਜੀ ਇਹਦਾ ਵਾਕਈ ਤੁਸੀਂ ਜਦੋਂ ਪਾਓਗੇ ਨਾ ਵਾਕਈ ਵਾਹ ਵਾਲੀ ਫੀਲਿੰਗ ਆਉਣੀ ਹੈ ਦੁਪੱਟਾ ਲਓ ਜੀ ਇਹ ਦੋ ਕਲਰ ਨੇ ਦੋਨੇ ਪੀਸ ਉੱਪਰ ਡੁੱਪਰ ਨੇ ਜੀ ਆਈਟਮ ਨੰਬਰ ਅੱਜ ਦੀ ਵੀਡੀਓ ਦੀ 16 ਅਤੇ ਪ੍ਰਾਈਜ਼ ਪਏਗਾ 3220 ਰੁਪਈਏ ਜੀ ਲਓ ਜੀ ਕਿਹਾ ਪਿਓਰ ਮਹੇਸ਼ਵਰੀ ਉੱਤੇ ਮੇਰੇ ਕੋਲ ਆਈਟਮ ਆਈ ਸੀਗੀ ਇਹ ਵੀ ਡਿਜ਼ਾਇਨ ਨਵਾਂ ਲਾਂਚ ਹੋਇਆ ਸਾਡੇ ਕੋਲ ਵੈਸੇ ਤਾਂ ਡੇਲੀ ਮਾਲ ਤਾਜ਼ਾ ਆਉਂਦਾ ਵਾ ਅੱਜ ਇਹਦੇ 8 ਦਿਨ ਆਇਆ ਸੀਗਾ ਬਰਫੀ ਬੂਟੀ ਡਿਜ਼ਾਇਨ ਹੈਗਾ ਬਰਫੀ ਟਾਈਪ ਇਹ ਨੀਚੇ ਪ੍ਰਿੰਟਿੰਗ ਆ ਗਈ ਜੀ ਗ੍ਰੀਨ ਕਲਰ ਦੀ ਆਹ ਵੀ ਨੀਚੇ ਪ੍ਰਿੰਟਿੰਗ ਹੁੰਦੀ ਹੈ ਬਲੈਕ ਮਤਲਬ ਇਹਨੂੰ ਵੇਸਟ ਨਹੀਂ ਕਰਨਾ ਇਹਨੂੰ ਪ੍ਰਿੰਟਿੰਗ ਦੇ ਵਿੱਚ ਹੀ ਆਪਾਂ ਯੂਜ਼ ਕਰਦੇ ਹਾਂ ਮਤਲਬ ਨੀਚੇ ਘੇਰੇ ਦੇ ਉੱਤੇ ਆ ਗਿਆ ਠੀਕ ਹੈ ਜੀ ਲਾ ਸੇਮ ਬੈਕ ਹੈ ਬਾਰਡਰ ਦੇ ਉੱਤੇ ਸਾਰਾ ਡਿਜ਼ਾਇਨਿੰਗ ਵਾਸਤੇ ਸੇਮ ਕਲਰ ਦੀ ਬੋਟਮ ਆਏਗੀ ਇਹ ਨਾਲ ਦੁਪੱਟਾ ਆਏਗਾ ਦੇਖੋ ਇਹਦੇ 'ਚ ਗ੍ਰੀਨ ਆ ਦੂਜਾ ਹੈਗਾ ਪਿੰਕ ਬਹੁਤ ਹੀ ਸੁਪਰ ਡੁਪਰ ਪਿਓਰ ਮਹੇਸ਼ਵਰੀ 'ਤੇ 17 ਨੰਬਰ ਆਈਟਮ 29 ਰੁਪਈਆ ਵਰਮਾ ਗੋਟ ਦਿਸ ਵਨ ਇਟਸ ਰੀਅਲੀ ਵਾਓ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਵਿਸ਼ਾਲ ਵਰਮਾ ਜੀ ਲਓ ਜੀ ਕਿਆ ਦੇਖੋ ਪ੍ਰਿੰਟਿੰਗ ਸਾਡੇ ਕੋਲ ਤੁਹਾਨੂੰ ਮਹਾਰਾਜ ਸੁਪਰ ਚੀਜ਼ਾਂ ਮਿਲਣੀਆਂ ਪਿਓਰ ਕੋਟਨ ਹੈ ਬਿਨਾਂ ਲਾਈਨਿੰਗ ਤੋਂ ਬਣੇਗਾ ਜੀ ਇਹਦਾ ਸਾਰਾ ਪ੍ਰਿੰਟਿੰਗ ਆ ਡਿਜੀਟਲ ਦੇ ਵਿੱਚ ਫਰੰਟ ਬੈਕ ਸੇਮ ਹੈ ਆਹ ਬਾਈਕ ਨੀਚੇ ਇਹਦੇ ਪਲਾਜ਼ੋ ਆਏਗਾ ਸਾਰਾ ਇਹ ਵੀ ਸਾਰਾ ਪ੍ਰਿੰਟਿੰਗ ਦੇ ਵਿੱਚ ਹੈ ਪਲਾਜ਼ੋ ਸਾਰਾ ਲਓ ਜੀ ਇਹ ਸ਼ਰਟ ਆਏਗੀ ਇਹਦੇ ਨੀਚੇ ਦੇਖੋ ਤਿੰਨ ਤਰ੍ਹਾਂ ਦੀ ਚਾਰ ਤਰ੍ਹਾਂ ਦੀ ਲੇਸਿਸ ਆਉਂਦੀਆਂ ਇੱਕ ਲੇਸਿਸ ਆ ਗਈ ਨੀਚੇ ਪਿੰਕ ਫਿਰ ਮੋਵ ਫਿਰ ਗ੍ਰੀਨ ਤਿੰਨ ਤਾਂ ਇਹੀ ਹੋ ਗਏ ਫਿਰ ਚੌਥੀ ਆ ਗਈ ਲੇਸਿਸ ਪੰਜਵੀਂ ਉੱਪਰ ਵਾਲੀ ਲੇਸਿਸ ਆ ਗਈ ਬਟਰਫਲਾਈ ਵਾਲੀ ਮਤਲਬ 5 ਲੇਸਿਸ ਬਣਾਈਆਂ ਸਿਰਫ ਘੇਰੇ ਦੇ ਵਿੱਚ ਦੇਖੋ ਇਹ ਹੁੰਦੀ ਹੈ ਮਤਲਬ ਡਿਜ਼ਾਇਨਿੰਗ ਚੀਜ਼ਾਂ ਜਿਹੜੀਆਂ ਫਿਰ ਦੁਪੱਟੇ ਉੱਤੇ ਇਸ ਤਰ੍ਹਾਂ ਲੇਸਿਸ ਆ ਗਈਆਂ ਐਮਬਰਾਇਡਰੀ ਆ ਗਈ ਉਹਦੇ ਉੱਤੇ ਸਾਰੀ ਬਰਸ਼ਿੰਗ ਆ ਗਈ ਦੂਜਾ ਕਲਰ ਆਏਗਾ ਇਸ ਤਰ੍ਹਾਂ ਇਹਦੇ 'ਚ ਵੀ ਲੇਸਿਸ ਇਸ ਤਰ੍ਹਾਂ ਹੀ ਆ ਗਈਆਂ 1, 2, 3, 4 ਅਤੇ 5 ਲੇਸਿਸ ਵਿੱਚ ਆ ਗਈਆਂ ਲਾਈਨਿੰਗ ਤੋਂ ਬਿਨਾਂ ਬਣੇਗਾ ਆਈਟਮ ਨੰਬਰ 18 'ਤੇ ਪ੍ਰਾਈਜ਼ ਪਏਗਾ 4500 ਹਾਂਜੀ ਖੁਸ਼ ਸੰਧੂ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸ਼ੋ ਫੁੱਲ ਸੂਟ ਵਿਦ ਸੇਮ ਪ੍ਰਿੰਟ ਮਤਲਬ ਤੁਹਾਨੂੰ ਆਲ ਓਵਰ ਸੂਟ ਚਾਹੀਦੇ ਨੇ ਬਿਨਾਂ ਦੁਪੱਟੇ ਤੋਂ ਦੀਦੀ ਹੁੰਦੇ ਨੇ ਉਹ ਹਾਂ ਦਿਖਾ ਦਿਆਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਦੱਸ ਦਿਆਂਗਾ ਕੋਈ ਗੱਲ ਨਹੀਂ ਉਹਨਾਂ ਬਾਰੇ ਲਓ ਜੀ ਕਾਹ ਚੀਜ਼ ਆਏਗੀ ਬਹੁਤ ਸੋਹਣੀ ਪ੍ਰਿੰਟਿੰਗ ਦੇ ਵਿੱਚ ਆਈਟਮ ਆਏਗੀ ਬਹੁਤ ਸੁਪਰ ਡੁਪਰ ਹੈ ਪਹਿਲਾਂ ਆਈਟਮ ਆਈ ਸੀ ਇਹ 'ਚ ਵਾਈਟ ਐਂਡ ਬਲੈਕ ਇਹ ਸਾਰੀ ਪ੍ਰਿੰਟਿੰਗ ਹੈ ਜੀ ਇਹਦੀ ਇਹਦੇ ਉੱਪਰ ਹਲਕਾ ਹਲਕਾ ਪਰਲਸ ਦਾ ਕੰਮ ਆ ਸਾਰਾ ਜੀ ਇਹਦਾ ਨੈਕ ਉੱਤੇ ਬਿਲਕੁਲ ਬਰੀਕ ਜੀ ਐਮਬਰਾਇਡਰੀ ਆਪਣੇ ਪੈਚ ਦੇ ਕੇ ਸਿਰਫ ਉੱਤੇ ਰੇਸ਼ਮ ਦਾ ਕੰਮ ਕੀਤਾ ਹੋਇਆ ਆਹ ਲੁੱਕ ਆਏਗੀ ਪੂਰੇ ਕੋਨਸੈਪਟ ਦੀ ਬੋਟਮ ਪਲੇਨ ਆਏਗੀ ਅਤੇ ਨਾਲ ਦੁਪੱਟਾ ਆਏਗਾ ਮਿਕਸ ਐਂਡ ਮੈਚ ਕੋਟਨ ਦੀ ਲੇਸ ਆਏਗੀ ਆਹ ਦੁਪੱਟੇ 'ਤੇ ਪ੍ਰਿੰਟਿੰਗ ਆਏਗੀ ਇੱਕਦਮ ਕੋਟਨ ਦਾ ਦੁਪੱਟਾ ਦੂਜਾ ਕਲਰ 'ਚ ਗ੍ਰੀਨ ਆਏਗਾ ਕਰੀਮ ਐਂਡ ਗ੍ਰੀਨ ਆਏਗਾ ਆਹ ਦੇਖੋ ਸਾਰਾ ਪਰਲਸ ਦਾ ਕੰਮ ਹੈ ਬਰੀਕ ਬਰੀਕ ਕੋਟਨ ਦੀ ਲੇਸ ਆ ਗਈ ਨੀਚੇ ਇੱਦਾਂ ਹੀ ਆਈਟਮ ਨੰਬਰ 19 ਪ੍ਰਾਈਜ਼ ਪਏਗਾ 2190 ਰੁਪਈਏ ਜੀ ਲਓ ਜੀ ਹੁਣ ਪਾਕਿਸਤਾਨੀ ਪੀਸ ਆਏ ਨੇ ਮੇਰੇ ਕੋਲ ਇੱਕ ਦੋ ਰੇਟ ਸੇਮ ਹੀ ਆ ਅਲੱਗ ਅਲੱਗ ਰੇਟ ਦੋਨਾਂ ਦਾ
ਅਲੱਗ ਅਲੱਗ ਖੋਲੀ ਹੋਰ ਕੋਈ ਨਾ। ਲਓ ਜੀ ਪਾਕਿਸਤਾਨੀ ਕੋਨਸੈਪਟ ਆਇਆ ਦੇਖੋ ਇਸ ਤਰ੍ਹਾਂ, ਇਹ ਵੀ ਕਾਫੀ ਦੇਰ ਬਾਅਦ ਆਈਟਮ ਆਈ ਹੈ ਜੀ। ਇਹ ਸਾਰੀ ਨੀਚੇ ਪਹਿਲਾਂ ਘੇਰੇ 'ਤੇ ਐਮਬਰਾਇਡਰੀ ਆਏਗੀ, ਹੋਲਸ ਵਾਲੀ ਸਾਰੀ ਇਸ ਤਰ੍ਹਾਂ ਹੀ, ਇਹ ਸਾਰਾ ਨਾ ਮਤਲਬ ਮਸ਼ੀਨ ਨਾਲ ਐਮਬਰਾਇਡਰੀ ਹੋ ਕੇ ਪੈਚ ਲੱਗਦੇ ਨੇ, ਇੱਦਾਂ ਨਹੀਂ ਨਾਲ ਦਿੱਤੇ ਜਾਂਦੇ ਇਹ, ਮਤਲਬ ਇਹਨੂੰ ਮਸ਼ੀਨ ਨਾਲ ਐਮਬਰਾਇਡਰੀ ਕਰਾ ਕੇ ਫਿਰ ਲਾਉਂਦੇ ਆ, ਟੇਲਰ ਮਾਸਟਰ ਦਾ ਕੰਮ ਨਹੀਂ ਹੈ ਇਹ, ਐਮਬਰਾਇਡਰੀ ਵਾਲੇ ਦਾ ਕੰਮ ਹੁੰਦਾ। ਤੁਹਾਨੂੰ ਅਸੀਂ ਸਟਿਚ ਕਰਾ ਕੇ ਭੇਜਾਂਗੇ ਪੀਸ। ਪੂਰੀ ਸ਼ਰਟ ਦਾ ਫਰੰਟ ਆਏਗਾ ਦੇਖੋ ਇਸ ਤਰ੍ਹਾਂ, ਉੱਪਰ ਨੈਕ ਪੈਚਿੰਗ ਆ ਗਈ, ਇਹ ਪੈਚ ਸਾਰੇ ਡਿਜ਼ਾਇਨਿੰਗ ਵਾਸਤੇ ਨੇ, ਇਹਨੂੰ ਬਾਜ਼ੂ ਵਾਸਤੇ ਆਪਾਂ ਨੂੰ ਘੇਰੇ 'ਤੇ, ਬੈਕ 'ਤੇ, ਬੋਟਮ 'ਤੇ, ਕਿਤੇ ਵੀ ਆਪਾਂ ਸੈੱਟ ਕਰ ਸਕਦੇ, ਠੀਕ ਹੈ ਜੀ। ਅਤੇ ਆਹ ਨਾਲ ਆਏਗਾ ਦੁਪੱਟਾ, ਦੁਪੱਟਾ ਕੋਟੇ ਦਾ, ਉਹਦੇ ਪਾਸੇ ਐਮਬਰਾਇਡਰੀ ਹੈ, ਚਾਰੇ ਪਾਸੇ ਬੋਰਡਰ ਲੱਗੇਗਾ ਕੰਟਰਾਸਟ। ਲਓ ਜੀ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਆਈਟਮ ਨੰਬਰ 20 ਪ੍ਰਾਈਜ਼ ਪਏਗਾ 6990। ਲਓ ਜੀ ਲਾਸਟ ਪੀਸ ਹੈਗਾ ਮੇਰੇ ਕੋਲ, ਇਹ ਵੀ ਕੋਟਨ ਦੇ ਵਿੱਚ ਹੀ ਆ, ਪਾਕਿਸਤਾਨੀ ਦੇ ਵਿੱਚ। ਲਓ ਜੀ ਚੀਜ਼ ਦੇਖੋ ਤੁਸੀਂ ਜੀ, ਇਹ ਮੇਰੇ ਕੋਲ ਅੱਜ ਲੈਣ ਵੀ ਆਏ ਸੀ ਗਾਹਕ ਦੁਕਾਨ 'ਤੇ, ਬਾਈ ਚਾਂਸ ਉੱਪਰ ਭੇਜਤਾ ਸੀ ਅਸੀਂ। ਉੱਪਰ ਨੈੱਕ ਆਏਗਾ ਸਾਰਾ ਪੈਚਿੰਗ ਦੇ ਵਿੱਚ, ਕਲਰ ਬਹੁਤ ਪਿਆਰਾ ਜੀ, ਸਟ੍ਰੋਬਰੀ ਟਾਈਪ ਕਲਰ ਹੈ ਇਹ, ਸਾਰੀ ਐਮਬਰਾਇਡਰੀ ਹੈ ਜੀ ਦੇਖੋ ਹੋਲ ਦਲੀ। ਇਹ ਫਰੰਟ ਹੈ ਕੋਟਨ ਦੀ, ਬੈਕ ਆਪਣਾ ਸੇਮ ਬੈਕ ਆਏਗੀ ਪਲੇਨ ਕੋਟਨ ਦੀ, ਬੋਟਮ ਇਹ ਸਾਰਾ ਡਿਜ਼ਾਇਨਿੰਗ ਵਾਸਤੇ ਆਏਗਾ, ਪੋਰਸ਼ਨ ਬਾਜ਼ੂ ਵਾਸਤੇ, ਇਹ ਲੇਸਿਸ ਵਾਸਤੇ ਨਾਲ ਜੁਆਇੰਟ ਦਿੱਤਾ ਔਰਗੈਂਜ਼ਾ ਦੇ, ਇਹ ਨਾਲ ਦੁਪੱਟੇ ਦੇ ਲੇਸਿਸ ਲੱਗਣੀਆਂ ਸਾਰੀਆਂ ਇਹਦੀਆਂ, ਕਟਿੰਗ ਕਰਕੇ ਨਾ ਦੁਪੱਟੇ ਤੁਹਾਨੂੰ ਲਾ ਕੇ ਦੇਵਾਂਗੇ ਪੱਲਿਆਂ ਉੱਤੇ। ਅਤੇ ਨਾਲ ਕੋਟੇ ਦਾ ਦੁਪੱਟਾ ਵਾ, ਚਾਰੇ ਪਾਸੇ ਦੁਪੱਟੇ ਦੇ ਐਮਬਰਾਇਡਰੀ ਵੀ ਦਿਖਾ ਦੇਣਾ, ਆਹ ਐਮਬਰਾਇਡਰੀ ਹੈਗੀ ਨਾਲ ਇਸ ਤਰ੍ਹਾਂ। ਲਓ ਜੀ ਆਈਟਮ ਨੰਬਰ 21 'ਤੇ ਪ੍ਰਾਈਜ਼ ਪਏਗਾ ਇਹਦਾ 6990। ਲਓ ਜੀ ਇਹ ਮੈਂ ਤੁਹਾਨੂੰ ਦਿਖਾਇਆ, ਤਕਰੀਬਨ 21 ਪੀਸ ਸੀਗੇ। ਅਤੇ ਨੰਬਰ ਇੱਕ ਵਾਰੀ ਤੁਸੀਂ ਫੇਰ ਨੋਟ ਕਰੋ ਜੀ, ਇਹ ਸਟੋਰ 'ਤੇ ਨੰਬਰ ਨੇ, 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਜੋ ਚੰਗਾ ਲੱਗਦਾ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਕੋਸ਼ਿਸ਼ ਕਰਿਆ ਕਰੋ ਤੁਸੀਂ ਇਹਨਾਂ ਨੰਬਰਾਂ 'ਤੇ ਕਾਲ ਕਰ ਰਹੇ, ਜਿਹੜਾ ਨੰਬਰ 'ਤੇ ਦਿਖਾ ਰਹੇ ਨਾ, ਇਹਨਾਂ ਨੰਬਰਾਂ 'ਤੇ ਕਾਲ ਕਰਿਆ ਕਰੋ, ਠੀਕ ਹੈ ਜੀ। ਅਤੇ ਬਾਕੀ ਸਾਡੇ 2 ਨੰਬਰ ਨੇ ਹੋਲਸੇਲ ਸੈਕਸ਼ਨ ਦੇ, ਤੁਸੀਂ ਅਗਰ ਹੋਲਸੇਲ ਬਾਏ ਕਰਨਾ ਚਾਹੁੰਦੇ ਤਾਂ ਤੁਸੀਂ ਇਹਨਾਂ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ।